ਡਾਕਟਰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੇ ਫੈਨਸ ਲਈ ਖਾਸ ਅਪਡੇਟ ਆਈ ਸਾਹਮਣੇ। ਜੀ ਹਾਂ, ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ਸ਼ਾਇਰ ਨੇ ਵੀਕਐਂਡ ਤੇ ਕੀਤੀ ਚੰਗੀ ਕਲੈਕਸ਼ਨ। ਰੀਸੈਂਟਲੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਾਇਰ ਫਿਲਮ ਨੇ 5 ਕਰੋੜ ਤੋਂ ਵੀ ਵੱਧ ਦੀ ਵੀਕਐਂਡ ਕਲੈਕਸ਼ਨ ਕੀਤੀ ਹੈ। ਇਸ ਦੀ ਜਾਣਕਾਰੀ ਖੁਦ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਹੈ। ਜੀ ਹਾਂ, ਨੀਰੂ ਬਾਜਵਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝਾ ਕੀਤੀ ਗਈ ਹੈ। ਇਸ ਪੋਸਟ ਦੇ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਨੀਰੂ ਬਾਜਵਾ ਨੇ ਸ਼ਾਇਰ ਦੀ ਵੀਕਐਂਡ ਕਲੈਕਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਹੈ। ਇਹ ਵੀਕਐਂਡ ਕਲੈਕਸ਼ਨ ਹੈ ਸ਼ਾਇਰ ਫਿਲਮ ਦੀ, ਜਿਸ ਦੇ ਵਿੱਚ ਲਿਖਿਆ ਗਿਆ ਹੈ ਵੀਕਐਂਡ ਕਲੈਕਸ਼ਨ 5.07 CR, ਯਾਨੀ ਕਿ 5.07 ਕਰੋੜ ਦੀ ਵੀਕਐਂਡ ਕਲੈਕਸ਼ਨ ਕੀਤੀ ਗਈ ਹੈ ਇਸ ਫਿਲਮ ਦੇ ਵੱਲੋਂ। ਦੱਸ ਦਈਏ ਕਿ ਸ਼ਾਇਰ ਫਿਲਮ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ, ਲੋਕ ਇਸ ਫਿਲਮ ਨੂੰ ਚੰਗਾ ਰਿਸਪੋਂਸ ਦੇ ਰਹੇ ਨੇ ਤੇ ਨਾਲ ਹੀ ਇਸ ਫਿਲਮ ਦੀ ਬਾਕਸ ਆਫਿਸ ਦੇ ਉੱਤੇ ਕਲੈਕਸ਼ਨ ਵੀ ਕਾਫੀ ਚੰਗੀ ਹੈ। ਦੱਸ ਦਈਏ ਕਿ ਇਸ ਫਿਲਮ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਉੱਥੇ ਇਹ ਵੀ ਦੱਸ ਦਈਏ ਕਿ ਇਸ ਫਿਲਮ ਨੇ ਪਹਿਲੇ ਦਿਨ ਹੀ 1 ਕਰੋੜ ਤੋਂ ਵੀ ਵੱਧ ਦੀ ਓਪਨਿੰਗ ਕੀਤੀ ਸੀ। ਜੀ ਹਾਂ, ਜਦੋਂ ਫਸਟ ਡੇ ਸ਼ਾਇਰ ਰਿਲੀਜ਼ ਹੁੰਦੀ ਹੈ ਤੇ 1.29 ਕਰੋੜ ਦੀ ਕਲੈਕਸ਼ਨ ਜਿਹੜੀ ਹੈ ਉਹ ਇਸ ਫਿਲਮ ਦੇ ਵੱਲੋਂ ਕੀਤੀ ਗਈ ਤੇ ਵਰਲਡ ਵਾਈਡ ਗ੍ਰੋਸ ਕਲੈਕਸ਼ਨ ਹੈ ਜਿਹੜੀ ਉਹ 1.29 ਕਰੋੜ ਦੀ ਸੀ, ਯਾਨੀ ਕਿ ਓਪਨਿੰਗ ਡੇ ਤੇ ਫਿਲਮ ਨੇ 1 ਕਰੋੜ ਤੋਂ ਵੀ ਵੱਧ ਕਲੈਕਸ਼ਨ ਕੀਤੀ। ਤੇ ਹੁਣ ਵਰਲਡ ਵਾਈਡ ਗ੍ਰੋਸ ਕਲੈਕਸ਼ਨ ਦੀ ਗੱਲ ਕਰੀਏ ਜੋ ਕਿ ਵੀਕਐਂਡ ਤੇ ਹੋਈ ਹੈ ਉਹ ਹੈ 5.07 ਕਰੋੜ ਦੀ, ਯਾਨੀ ਕਿ ਇਸ ਫਿਲਮ ਨੂੰ ਕਾਫੀ ਚੰਗਾ ਰਿਸਪੋਂਸ ਮਿਲ ਰਿਹਾ ਹੈ। ਇਹ ਫਿਲਮ ਬਾਕਸ ਆਫਿਸ ਤੇ ਵੀ ਚੰਗਾ ਪਰਫਾਰਮ ਕਰ ਰਹੀ ਹੈ। ਹੁਣ ਇਸ ਫਿਲਮ ਦੇ ਆਰਟਿਸਟ ਦੇ ਵੱਲੋਂ ਥੀਏਟਰ ਵਿਜ਼ਿਟਸ ਵੀ ਕੀਤੇ ਜਾ ਰਹੇ ਨੇ ਤੇ ਥੀਏਟਰਸ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ ਜੋ ਆਡੀਅੰਸ ਉਹਨਾਂ ਦੀ ਫਿਲਮ ਨੂੰ ਵੇਖਣ ਲਈ ਆਏ ਹੋਏ ਨੇ। ਮੈਂ ਦੱਸ ਦਈ ਕਿ ਇਸ ਫਿਲਮ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਤੇ ਹੁਣ ਫਾਈਨਲੀ ਜਦੋਂ ਫਿਲਮ ਰਿਲੀਜ਼ ਹੋਈ ਹੈ, ਫਰਾਈਡੇ ਤੋਂ ਫਿਲਮ ਸਿਨੇਮਾ ਘਰਾਂ 'ਚ ਲੱਗੀ ਹੋਈ ਹੈ, ਉਸ ਦਿਨ ਤੋਂ ਹੀ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ। ਦੱਸ ਦਈਏ ਕਿ ਫਿਲਮ ਦੇ ਵਿੱਚ ਸਾਨੂੰ ਮੇਨ ਲੀਡ ਤੇ ਨਜ਼ਰ ਆ ਰਹੇ ਨੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ। ਇਸ ਤੋਂ ਇਲਾਵਾ ਸਾਨੂੰ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਕਈ ਸਾਰੇ ਮਜੇ ਹੋਏ ਕਲਾਕਾਰ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ। ਫਿਲਮ ਦੇ ਵਿੱਚ ਸਾਨੂੰ ਦੇਬੀ ਮਖਸੂਸਪੁਰੀ, ਕੇਵਲ ਧਾਲੀਵਾਲ, ਦੀਪਕ ਨਿਆਜ਼, ਸਿਮਰਨ ਚਹਿਲ ਤੇ ਹੋਰ ਕਈ ਸਾਰੇ ਮਜੇ ਹੋਏ ਕਲਾਕਾਰ ਵੇਖਣ ਨੂੰ ਮਿਲ ਰਹੇ ਨੇ। ਫਿਲਮ ਦੇ ਵਿੱਚ ਯੋਗਰਾਜ ਸਿੰਘ ਤੇ ਮਲਕੀਤ ਰੋਣੀ ਤੇ ਰੁਪਿੰਦਰ ਰੂਪੀ ਦਾ ਵੀ ਇੱਕ ਖਾਸ ਰੋਲ ਹੈ। ਇਸ ਫਿਲਮ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ। ਜੇਕਰ ਤੁਸੀਂ ਵੀ ਸ਼ਾਇਰ ਦੇਖ ਲਈ ਹੈ, ਕਮੈਂਟ ਕਰਕੇ ਆਪਣਾ ਰਿਸਪੌਂਸ ਦੇ ਸਕਦੇ ਹੋ, ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਕਿਵੇਂ ਦੀ ਲੱਗੀ ਹੈ। 5 ਦੇ ਵਿੱਚੋਂ ਫਿਲਮ ਨੂੰ ਰੇਟ ਵੀ ਕਰ ਸਕਦੇ ਹੋ ਤੇ ਜੇਕਰ ਹਾਲੇ ਤੱਕ ਫਿਲਮ ਨੂੰ ਨਹੀਂ ਵੇਖਿਆ ਤੇ ਜ਼ਰੂਰ ਵੇਖ ਕੇ ਆਓ। ਇਹ ਫਿਲਮ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।